ਅਤੇ ਹੁਣ ਸ਼ੁਰੂਆਤ ਹੁੰਦੀ ਹੈ ਅਸ਼ੋਕ ਨਾਦਰ ਜੀ ਦੀ ਖੂਬਸੂਰਤ ਸ਼ਾਇਰੀ ਤੋਂ ਮੇਰੀ ਸਿਰਜਣ ਪ੍ਰਕਿਰਿਆ ਦੀ ਸ਼ੁਰੂਆਤ। ਗਮ ਕੇ ਬਾਦਲੋਂ ਕੀ ਓਟ ਸੇ ਖੁਸ਼ੀ ਕੀ ਕਿਰਨ ਵੀ ਨਿਕਲੇਗੀ। ਗਮ ਕੇ ਬਾਦਲੋਂ ਕੀ ਓਟ ਸੇ ਖੁਸ਼ੀ ਕੀ ਕਿਰਨ ਵੀ ਨਿਕਲੇਗੀ, ਸੁਬਹ ਕੀ ਰੋਸ਼ਨੀ ਹੈ ਲਾਜ਼ਮ ਅੰਧੇਰੀ ਰਾਤ ਕੇ ਬਾਅਦ। ਮੇਰੇ ਉੱਤੇ ਤੇਰੀ ਦਇਆ ਇਸ ਤਰ੍ਹਾਂ ਅਹਿਸਾਨ ਕਰਦੀ ਹੈ, ਇਹ ਅੱਖਾਂ ਨੋਚ ਲੈਂਦੀ ਹੈ ਅਤੇ ਐਨਕ ਦਾਨ ਕਰਦੀ ਹੈ। ਮੇਰੇ ਉੱਤੇ ਤੇਰੀ ਦਇਆ ਇਸ ਤਰ੍ਹਾਂ ਅਹਿਸਾਨ ਕਰਦੀ ਹੈ, ਇਹ ਅੱਖਾਂ ਨੋਚ ਲੈਂਦੀ ਹੈ ਅਤੇ ਐਨਕ ਦਾਨ ਕਰਦੀ ਹੈ। ਹਵਾ ਨੂੰ ਹੁਕਮ ਹੋਇਆ ਹੈ ਕਿ ਤੇਥੋਂ ਪੁੱਛ ਕੇ ਚੱਲੇ, ਹਵਾ ਨੂੰ ਹੁਕਮ ਹੋਇਆ ਹੈ ਕਿ ਤੇਥੋਂ ਪੁੱਛ ਕੇ ਚੱਲੇ, ਇਹ ਕਿਹੀ ਲੋਕਸ਼ਾਹੀ ਹੈ ਕਿ ਇਹ ਫਰਮਾਨ ਕਰਦੀ ਹੈ। ਕਿ ਪਾ ਕੇ ਮੁੰਦਰਾਂ ਹੀਰ ਦਾ ਪਾਣੀ ਜਿਹੜਾ ਭਰਦਾ ਰਿਹਾ, ਪਾ ਕੇ ਮੁੰਦਰਾਂ ਹੀਰ ਦਾ ਪਾਣੀ ਜਿਹੜਾ ਭਰਦਾ ਰਿਹਾ, ਨਾ ਰਿਹਾ ਢਿੱਲੇ ਦਾ ਜੋਗੀ ਨਾ ਹੀ ਉਹ ਕਰਦਾ ਰਿਹਾ, ਨਾ ਰਿਹਾ ਢਿੱਲੇ ਦਾ ਜੋਗੀ ਨਾ ਹੀ ਉਹ ਕਰਦਾ ਰਿਹਾ। ਨਜ਼ਮ ਹੈ ਸੈਂਡਲ ਪਾਉਂਦੇ ਕਿ ਮੈਨੂੰ ਪੈਰਾਂ 'ਚ ਸਦਾ ਕੱਸ ਕੇ ਬੱਜੀ ਜੁੱਤੀ ਹੀ ਚੰਗੀ ਲੱਗੀ ਹੈ, ਕਿ ਮੈਨੂੰ ਪੈਰਾਂ 'ਚ ਸਦਾ ਕੱਸ ਕੇ ਬੱਜੀ ਜੁੱਤੀ ਹੀ ਚੰਗੀ ਲੱਗੀ ਹੈ। ਭਾਵੇਂ ਹੁਣ ਟਕ ਟਕ ਵੱਜਦੇ ਸੈਂਡਲ ਪਾਉਣ ਜੋਗੀ ਨਹੀਂ ਰਹੀ, ਭਾਵੇਂ ਹੁਣ ਟਕ ਟਕ ਵੱਜਦੇ ਸੈਂਡਲ ਪਾਉਣ ਜੋਗੀ ਨਹੀਂ ਰਹੀ, ਪਰ ਬਿਨ ਵੱਜੇ ਤਾਂ ਪੈਰ ਵਾਵਲੇ ਹੋ ਜਾਂਦੇ ਨੇ। ਨਜ਼ਮ ਜਦੋਂ ਵੀ ਆਉਂਦੀ ਹੈ ਤਾਂ ਮੇਰੇ ਖੂਨ ਵਿੱਚ ਆਪਣੇ ਜਿਸਮ ਦਾ ਦੀਵਾ ਜਗਾਉਂਦੀ ਹੈ, ਅਤੇ ਮੱਧਮ ਜਿਹੀ ਲਾਲੀ ਵਿੱਚ ਮੇਰੀ ਉਦਾਸ ਸੰਧਿਆ ਦੀ ਪਿੱਠ 'ਚੋਂ ਖੁੱਬਿਆ ਕੋਈ ਖੰਜਰ ਕੱਢਦੀ ਹੈ। ਫਿਰ ਉਹਦੀਆਂ ਅੱਖਾਂ 'ਚ ਮੱਚਦੇ ਨੇ ਲੱਖਾਂ ਸਵਾਲ, ਫਿਰ ਉਹਦੀਆਂ ਅੱਖਾਂ 'ਚ ਮੱਚਦੇ ਨੇ ਲੱਖਾਂ ਸਵਾਲ, ਮੇਰੇ ਮਨ ਦੀ ਪੀੜਾ 'ਚੋਂ ਸਿੰਮਦੇ ਨੇ ਲੱਖਾਂ ਜਵਾਬ। ਧੁੰਦ ਦੀਆਂ ਚਾਦਰਾਂ 'ਚ ਲਿਪਟੀ ਜਿਹੀ, ਗਿੱਲੇ ਗਿੱਲੇ ਰੁੱਖਾਂ ਓਹਲੇ ਸਿਮਟੀ ਜਿਹੀ, ਧੁੰਦ ਦੀਆਂ ਚਾਦਰਾਂ 'ਚ ਲਿਪਟੀ ਜਿਹੀ, ਗਿੱਲੇ ਗਿੱਲੇ ਰੁੱਖਾਂ ਓਹਲੇ ਸਿਮਟੀ ਜਿਹੀ, ਰਾਣੋ ਗੁੱਡੋ ਛਿੰਦੋ ਜਾਂ ਫੇ ਕਹਿ ਦਿਆਂ ਨਸੀਬੋ, ਮੈਨੂੰ ਲੱਗੇ ਮੇਰੇ ਸੁਪਨੇ ਦੀ ਮਮਟੀ ਜਿਹੀ। ਯਾਦਾਂ ਉੱਤੇ ਲੂਣ ਛਿਣਕਣਾ, ਧੂਣੀ ਜਿਹੀ ਰਮਾਈ ਰੱਖਣਾ, ਸਾਹਾਂ 'ਚ ਅੱਗ ਮਗਾਈ ਰੱਖਣਾ, ਹਾਏ ਓਏ ਰੱਬਾ। ਦਿਲ ਦੀ ਭੋਏ ਨੂੰ ਸਿੱਲੀ ਰੱਖਣਾ, ਲਫ਼ਜ਼ ਉਗਾਉਣੇ ਸ਼ਬਦ ਬਣਾਉਣੇ, ਪੀੜਾਂ ਨੂੰ ਪਰਚਾਈ ਰੱਖਣਾ, ਹਾਏ ਓਏ ਰੱਬਾ। ਐਵੇਂ ਕਿਵੇਂ ਕੋਈ ਚੰਗਾ ਲੱਗਣਾ, ਐਵੇਂ ਕਿਵੇਂ ਕੋਈ ਚੰਗਾ ਲੱਗਣਾ, ਦਿਲ ਦੇ ਬਹਿਣਾ ਉਡੀਕ 'ਚ ਰਹਿਣਾ, ਪੌਣਾ ਹੱਥ ਸੁਨੇਹੇ ਘੱਲਣੇ, ਹਾਏ ਓਏ ਰੱਬਾ। ਜ਼ਿੰਦਗੀ ਤੂੰ ਜਦ ਵੀ ਮਿਲਦੀ ਏ ਨਹੀਂ ਮਿਲਦੀ, ਇਹ ਤੇਰਾ ਕਿਸ ਤਰ੍ਹਾਂ ਦਾ ਰਿਸ਼ਤਾ, ਸਾਹਾਂ ਦੇ ਹੁੰਦਿਆਂ ਤੂੰ ਸਾਹਾਂ 'ਚ ਨਹੀਂ, ਸਾਹਾਂ ਦੇ ਹੁੰਦਿਆਂ ਤੂੰ ਸਾਹਾਂ 'ਚ ਨਹੀਂ, ਉਮਰ ਦੇ ਹੁੰਦਿਆਂ ਤੂੰ ਉਮਰ 'ਚੋਂ ਮਨਫੀ। ਜ਼ਿੰਦਗੀ ਤੂੰ ਮਿਲੀ ਵੀ ਹੈ ਕਦੀ ਤਾਂ ਡਰ ਦੇ ਰੁੱਖ ਹੇਠਾਂ, ਜ਼ਿੰਦਗੀ ਤੂੰ ਮਿਲੀ ਵੀ ਹੈ ਕਦੀ ਤਾਂ ਡਰ ਦੇ ਰੁੱਖ ਹੇਠਾਂ, ਪੁਰਾਣੇ ਜ਼ਮਾਨੇ ਦੀ ਪ੍ਰੇਮਿਕਾ ਵਾਂਗੂ। ਸੱਚ
ਝੂਠ ਦੇ ਸਿਰ ਉੱਤੇ ਪੈੜਾਂ ਕਰਕੇ ਲੰਘਦਾ ਹੈ। ਕਿੰਨਾ ਮੂਰਖ ਹੈ ਝੂਠ ਜੋ ਫਿਰ ਵੀ ਉਸ ਤੋਂ ਸਲਾਮ ਮੰਗਦਾ ਹੈ। ਪੰਜਾਂ ਆਬਾਂ ਦੇ ਨਾਲ ਪੰਜਾਬ ਬਣਿਆ, ਪੰਜਾਂ ਕੱਕਿਆਂ ਨਾਲ ਸਰਦਾਰ ਭਾਈਓ, ਫਿਰ ਕਿਉਂ ਨਾ ਖਾਲਸਾ ਪੰਜਾਬ ਖਾਤਰ ਦੇਵੇ ਜਾਨ ਵੀ ਆਪਣੀ ਵਾਰ ਪਾਈ। ਖੇਡਿਆ ਕਰਦੇ ਕਈ ਖੇਡਾਂ, ਖੇਡਾਂ ਦੇ ਲੁਕਵੇਂ ਅਰਥਾਂ ਤੋਂ ਅਣਜਾਣ, ਅਹਿਮੀਅਤ ਤੋਂ ਨਾਵਾਕਫ, ਖੇਡਦੇ ਖੇਡਦੇ ਭੁੱਲ ਜਾਂਦੇ ਵੇਲਾ ਕੁਵੇਲਾ, ਥਾਂ ਕੁਥਾਂ ਢਿੱਲ ਹੋਣ ਤੇ ਘਰਦਿਆਂ ਤੋਂ ਪੈਣ ਵਾਲੀ ਝਾੜ ਫਟਕਾਰ। ਘਰਾਂ ਨਾਲ ਬਹੁਤ ਕੁਝ ਜੁੜਿਆ ਹੁੰਦਾ ਹੈ, ਬਹੁਤ ਕੁਝ ਟੁੱਟਦਾ ਵੀ ਹੈ ਘਰਾਂ ਕਰਕੇ। ਮੈਂ ਅੱਧਾ ਅਧੂਰਾ ਜਿੱਥੇ ਵੀ ਗਿਆ, ਅੱਧ ਪਚੱਦਾ ਘਰ ਵੀ ਮੇਰੇ ਨਾਲ ਰਿਹਾ। ਮੈਂ ਕਿਤੇ ਉਲਟੀ ਬਾਜੀ ਲਾਈ ਤਾਂ ਘਰ ਨੇ ਵੀ ਮੇਰੇ ਨਾਲ ਹੀ ਪੁੱਠੀ ਛਾਲ ਮਾਰੀ। ਕਦੇ ਮੈਂ ਅੱਗੇ ਕਦੇ ਘਰ, ਖੜਾਕ ਸੁਣਦੇ ਇੱਕ ਦੂਜੇ ਦਾ, ਘਰ ਨੂੰ ਆਖਾਂ ਬਦ ਨਸੀਬ ਘਰ ਮੈਨੂੰ। ਕਿੱਧਰ ਨੂੰ ਅਸੀਂ ਤੁਰੇ ਪੰਜਾਬੀ, ਬਰਫ ਵਾਂਗਰਾਂ ਖੁਰੇ ਪੰਜਾਬੀ। ਕਿੱਧਰ ਨੂੰ ਅਸੀਂ ਤੁਰੇ ਪੰਜਾਬੀ, ਬਰਫ ਵਾਂਗਰਾਂ ਖੁਰੇ ਪੰਜਾਬੀ। ਦਿਵਸ ਮਨਾਉਣੇ ਪੈ ਗਏ, ਦਿਵਸ ਮਨਾਉਣੇ ਪੈ ਗਏ, ਗੱਲ ਯਾਦ ਕਰਾਉਣੀ ਪੈ ਗਈ। ਮਾਂ ਬੋਲੀ ਪੰਜਾਬੀ ਕਹਿ ਕੇ ਬੁਲਵਾਉਣੀ ਪੈ ਗਈ। ਮਾਂ ਬੋਲੀ ਪੰਜਾਬੀ। ਆਪਣੇ ਵਿਕੇ ਹੋਏ ਮਕਾਨ 'ਚ ਬਸ ਆਖਰੀ ਪਹਿਰ ਹੋਰ ਰੁਕਣਾ ਹੈ। ਇਹ ਕਿਉਂ ਵਿਕਿਆ, ਕਿਵੇਂ ਵਿਕਿਆ, ਸਭ ਨੂੰ ਸਭ ਕੁਝ ਦੱਸਣਾ ਪੈਣਾ ਹੈ। ਪਤਨੀ, ਭੈਣ, ਭਰਾ, ਛੋਟਾ ਬਣ ਰਹੇ ਨੇ ਸਮਾਨ ਸਾਰਾ, ਅਤੇ ਇਸੇ ਤਰ੍ਹਾਂ ਮਾਂ ਮੇਰੀ ਬਣ ਰਹੀ ਹੈ ਸਮੇਤ ਸਾਡੇ ਆਪਣੇ ਆਪ ਨੂੰ ਸਾਹਸ ਦੀ ਗੰਢੜੀ 'ਚ। ਦਿਲਾਂ ਤੱਕ ਫੈਲ ਜਾਵਾਂ, ਇਨਕਲਾਬ ਹੋ ਜਾਵਾਂ। ਦਿਲਾਂ ਤੱਕ ਫੈਲ ਜਾਵਾਂ, ਇਨਕਲਾਬ ਹੋ ਜਾਵਾਂ। ਮੈਂ ਤਿੱਖੀ ਤੇਗ ਵਿੱਚ ਵਟਦੀ ਕਿਤਾਬ ਹੋ ਜਾਵਾਂ। ਵਟੇ ਤਖਤਾਂ 'ਚ ਤੇ ਨਾ ਤਖਤਿਆਂ ਵਿੱਚ ਹੋਂਦ ਮੇਰੀ। ਵਟੇ ਤਖਤਾਂ 'ਚ ਤੇ ਨਾ ਤਖਤਿਆਂ ਵਿੱਚ ਹੋਂਦ ਮੇਰੀ। ਮਿਲੇ ਕੋਈ ਸ਼ਬਦ ਐਸਾ ਕਿ ਰਬਾਬ ਹੋ ਜਾਵਾਂ। ਕਿ ਘਰ 'ਚੋਂ ਸਵੇਰੇ ਇੱਕ ਵਸਤੂ ਤਿਆਰ ਹੋ ਕੇ ਨਿਕਲਦੀ, ਦਫ਼ਤਰ ਜਾਂਦੀ, ਬਾਜ਼ਾਰ ਗਾਹ ਆਉਂਦੀ। ਘਰ 'ਚੋਂ ਸਵੇਰੇ ਇੱਕ ਵਸਤੂ ਤਿਆਰ ਹੋ ਕੇ ਨਿਕਲਦੀ, ਦਫ਼ਤਰ ਜਾਂਦੀ, ਬਾਜ਼ਾਰ ਗਾਹ ਆਉਂਦੀ। ਘਰ ਵਿੱਚ ਦੂਸਰੀ ਵਸਤੂ ਚੁੱਲ੍ਹਾ ਚੌਕਾ ਕਰਦੀ, ਨਿੱਕੀਆਂ ਵਸਤੂਆਂ ਨੂੰ ਸੰਭਾਲਦੀ, ਟੁੱਟਦੀ ਜੁੜਦੀ, ਜੁੜਦੀ ਟੁੱਟਦੀ। ਬਾਪ ਕੀ ਪਗੜੀ ਹੈ ਬੇਟੀ, ਭਾਈ ਕੀ ਰੱਖੜੀ ਵੀ ਹੈ। ਬਾਪ ਕੀ ਪਗੜੀ ਹੈ ਬੇਟੀ, ਭਾਈ ਕੀ ਰੱਖੜੀ ਵੀ ਹੈ। ਮਾਂ ਕੋ ਲਗਤੀ ਪਿਆਰੀ ਬੇਟੀ, ਪਿਤਾ ਕੀ ਦੁਲਾਰੀ ਵੀ ਹੈ। ਭਾਵੇਂ ਹੋਵੇ ਚੁੱਪ ਦਾਸੀ, ਭਾਵੇਂ ਹੋਵੇ ਚੁੱਪ ਦਾਸੀ, ਹਨੇਰਾ ਸੰਘਣੀ ਗਹਿਰ ਪਰ ਸਾਹਾਂ ਵਿੱਚ ਲਰਜਦੇ ਸ਼ੀਸ਼ਾ ਸੁਪਨਾ ਲਹਿਰ। ਮੱਥੇ ਦੇ ਕੈਨਵਸ ਉੱਤੇ ਕਿੰਨੇ ਹੀ ਚੇਤਨਾ ਦੇ ਰੰਗ, ਚੇਤੇ ਦੇ ਸੂਰਜ ਕਿੰਨੇ ਹੀ ਖਿੜੇ ਰੰਗ, ਰੰਗਾਂ 'ਚ ਛੁੱਪੇ ਸੰਕੇਤ, ਚੁੱਪ ਦੀ ਧੁੱਪ, ਕਦੇ ਆਪਣੇ ਆਪ ਨਾਲ ਹੀ ਗੁਫ਼ਤਗੂ, ਅਨੇਕਾਂ ਸਵਾਲਾਂ ਦੇ ਸਗੂਫੇ ਮੇਰੇ ਅੰਦਰ। ਸਾਡੀ ਭੋਏ ਦੇ ਵਿੱਚ ਬੜੇ ਬੀਜ ਅੱਜ ਬੀਜੇ ਗਏ ਹੋਣਗੇ, ਤਾਂ ਹੁਣ ਅਸੀਂ ਸਾਹਿਤ ਨੂੰ ਹੋਰ ਨਵੀਆਂ, ਅਤੇ ਜਦੋਂ
ਇਹ ਤੁਹਾਡੇ ਅੰਦਰ ਕੋਈ ਨਵੀਂ ਚੀਜ਼ ਆਵੇ ਅਤੇ ਸਭ ਅਸੀਂ ਇੱਕ ਦੂਜੇ ਨਾਲ ਸਾਂਝੀ ਕਰੀਏ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਜਾਂਦੇ ਰਹੋ, ਵਸਦੇ ਰਹੋ, ਬਹੁਤ ਬਹੁਤ ਧੰਨਵਾਦ। ਜਾਂਦੇ ਜਾਂਦੇ ਮੈਂ ਦੋ ਲਾਈਨਾਂ ਪੰਜਾਬ ਸਾਹਿਤ ਅਕਾਦਮੀ ਨੂੰ ਕਹਿਣਾ ਚਾਹੂੰਗਾ, ਡਾਕਟਰ ਸੋਨੂੰ ਨੀ, ਨਾ ਰੇਤਾ ਬਣ ਨਾ ਪਾਣੀ ਬਣ ਪੱਥਰ ਤੇ ਲਿਖੀ ਕਹਾਣੀ ਬਣ, ਨਾ ਰੇਤਾ ਬਣ ਨਾ ਪਾਣੀ ਬਣ ਪੱਥਰ ਤੇ ਲਿਖੀ ਕਹਾਣੀ ਬਣ, ਅਸੀਂ ਫੇਰ ਤੈਨੂੰ ਅਪਣਾਵਾਂਗੇ, ਤੇਰੇ ਇੱਕ ਇੱਕ ਵਰਕੇ ਤੇ ਚੱਲੀਏ ਨੀ ਅਸੀਂ ਅੱਖਰ ਬਣ ਵਿੱਚ ਜਾਵਾਂਗੇ, ਵਰਕੇ ਤੇ ਚੱਲੀਏ ਨੀ ਅਸੀਂ ਅੱਖਰ ਬਣ ਵਿੱਚ ਜਾਵਾਂਗੇ।